ਅਯੋਧਿਆ ਦੇ ਰਾਮ ਮੰਦਰ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦਰਅਸਲ ਰਾਮ ਮੰਦਰ ਦੇ ਕੰਪਲੈਕਸ ਦੇ ਵਿੱਚ ਗੋਲੀ ਚੱਲੀ ਹੈ ਅਤੇ ਇਸ ਦਰਮਿਆਨ ਮੌਕੇ ਦੇ ਉੱਤੇ ਭਾਜੜਾਂ ਪੈ ਜਾਂਦੀਆਂ ਨੇ ਅਤੇ ਇੱਕ ਕਮਾਂਡਰ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਭਾਜੜਾਂ ਪੈ ਜਾਂਦੀਆਂ ਨੇ। ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਉਸ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਜਿਸ ਵੇਲੇ ਇਹ ਗੋਲੀ ਚੱਲਦੀ ਹੈ ਤਾਂ ਇਸ ਕਮਾਂਡਰ ਦੀ ਛਾਤੀ ਦੇ ਵਿੱਚੋਂ ਆਰ ਪਾਰ ਹੋ ਜਾਂਦੀ ਹੈ। ਮੌਕੇ ਦੇ ਉੱਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਖੂਨ ਨਾਲ ਲੱਥਪੱਥ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਤਾਂ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਖਿਰਕਾਰ ਇਹ ਗੋਲੀ ਕਿਸਦੇ ਵੱਲੋਂ ਚੱਲੀ ਹੈ ਜਾਂ ਕਿਹੜੇ ਕਾਰਨਾਂ ਕਰਕੇ ਚਲਾਈ ਗਈ ਹੈ, ਇਹ ਪੁਲਿਸ ਜਾਂਚ ਦਾ ਵਿਸ਼ਾ ਬਣਿਆ ਹੋਇਆ। ਪਰ ਬੇਹੱਦ ਮੰਦਭਾਗੀ ਖਬਰ ਹੈ ਕਿ ਆਖਿਰਕਾਰ ਰਾਮ ਮੰਦਰ ਦੇ ਕੰਪਲੈਕਸ ਦੇ ਵਿੱਚ ਤੈਨਾਤ PAC ਦੇ ਇੱਕ ਕਮਾਂਡਰ ਨੂੰ ਗੋਲੀ ਲੱਗੀ ਹੈ ਅਤੇ ਸ਼ੱਕੀ ਹਾਲਾਤਾਂ ਦੇ ਵਿੱਚ 53 ਸਾਲ ਦੇ ਜੋ ਕਮਾਂਡੈਂਟ ਹੈ ਰਾਮ ਪ੍ਰਸਾਦ, ਉਸ ਦੀ ਛਾਤੀ ਦੇ ਵਿੱਚੋਂ ਆਰ ਪਾਰ ਹੋ ਗਈ ਹੈ ਗੋਲੀ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਭਾਜੜਾਂ ਪੈ ਜਾਂਦੀਆਂ ਨੇ। ਜ਼ਖਮੀ ਹਾਲਤ ਦੇ ਵਿੱਚ ਉਸ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਲਖਨਊ ਟਰਾਮਾ ਸੈਂਟਰ ਵਿਖੇ। ਦੱਸਿਆ ਜਾ ਰਿਹਾ ਹੈ ਕਿ ਗੋਲੀ ਦੀ ਆਵਾਜ਼ ਸੁਣਦੀ ਸਾਰੀ ਆਲੇ ਦੁਆਲੇ 'ਤੇ ਮੌਜੂਦ ਜਿੰਨੇ ਵੀ ਸੁਰੱਖਿਆ ਕਰਮੀ ਨੇ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਅਤੇ ਇਸ ਦਰਮਿਆਨ ਗੋਲੀ ਜਿਹੜੀ ਹੈ ਉਸ ਕਮਾਂਡਰ ਦੀ ਛਾਤੀ ਦੇ ਵਿੱਚ ਲੱਗੀ ਹੋਈ ਹੁੰਦੀ ਹੈ। ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਖਿਰਕਾਰ ਇਹ ਗੋਲੀ ਚੱਲਣ ਦੇ ਕਾਰਨ ਕੀ ਰਹੇ ਨੇ, ਇਹ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਜੋ ਹੈ ਹਾਲਤ ਜੇਕਰ ਗੱਲ ਕੀਤੀ ਜਾਵੇ ਉਸ ਕਮਾਂਡਰ ਦੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ। ਜਾਂਚ ਪੜਤਾਲ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਗੋਲੀ ਚੱਲਣ ਦੇ ਅਸਲ ਕਾਰਨ ਕੀ ਰਹੇ ਨੇ, ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਕਿ ਆਖਿਰਕਾਰ ਕਿਹੜੇ ਕਾਰਨ ਕਰਕੇ ਇਹ ਗੋਲੀ ਚੱਲੀ ਹੈ, ਕਿਸ ਦੇ ਵੱਲੋਂ ਇਹ ਗੋਲੀ ਜਿਹੜੀ ਹੈ ਚਲਾਈ ਗਈ ਹੈ ਅਤੇ ਜਾਂ ਫਿਰ ਇਹ ਕਮਾਂਡਰ ਦੇ ਕੋਲੋਂ ਹੀ ਗੋਲੀ ਚੱਲੀ ਹੈ। ਇਸ ਬਾਰੇ ਕੋਈ ਵੀ ਅਜੇ ਤੱਕ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ, ਪਰ ਸੂਤਰਾਂ ਮੁਤਾਬਿਕ ਕਿ ਰਾਮ ਮੰਦਰ ਦੇ ਕੰਪਲੈਕਸ ਦੇ ਵਿੱਚ ਇੱਕ ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਇੱਕ ਕਮਾਂਡਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਅਯੋਧਿਆ ਦੇ ਰਾਮ ਮੰਦਰ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦਰਅਸਲ ਰਾਮ ਮੰਦਰ ਦੇ ਕੰਪਲੈਕਸ ਦੇ ਵਿੱਚ ਗੋਲੀ ਚੱਲੀ ਹੈ ਅਤੇ ਇਸ ਦਰਮਿਆਨ ਮੌਕੇ ਦੇ ਉੱਤੇ ਭਾਜੜਾਂ ਪੈ ਜਾਂਦੀਆਂ ਨੇ ਅਤੇ ਇੱਕ ਕਮਾਂਡਰ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਭਾਜੜਾਂ ਪੈ ਜਾਂਦੀਆਂ ਨੇ। ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਉਸ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਜਿਸ ਵੇਲੇ ਇਹ ਗੋਲੀ ਚੱਲਦੀ ਹੈ ਤਾਂ ਇਸ ਕਮਾਂਡਰ ਦੀ ਛਾਤੀ ਦੇ ਵਿੱਚੋਂ ਆਰ ਪਾਰ ਹੋ ਜਾਂਦੀ ਹੈ। ਮੌਕੇ ਦੇ ਉੱਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਖੂਨ ਨਾਲ ਲੱਥਪੱਥ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਤਾਂ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਖਿਰਕਾਰ ਇਹ ਗੋਲੀ ਕਿਸਦੇ ਵੱਲੋਂ ਚੱਲੀ ਹੈ ਜਾਂ ਕਿਹੜੇ ਕਾਰਨਾਂ ਕਰਕੇ ਚਲਾਈ ਗਈ ਹੈ, ਇਹ ਪੁਲਿਸ ਜਾਂਚ ਦਾ ਵਿਸ਼ਾ ਬਣਿਆ ਹੋਇਆ। ਪਰ ਬੇਹੱਦ ਮੰਦਭਾਗੀ ਖਬਰ ਹੈ ਕਿ ਆਖਿਰਕਾਰ ਰਾਮ ਮੰਦਰ ਦੇ ਕੰਪਲੈਕਸ ਦੇ ਵਿੱਚ ਤੈਨਾਤ PAC ਦੇ ਇੱਕ ਕਮਾਂਡਰ ਨੂੰ ਗੋਲੀ ਲੱਗੀ ਹੈ ਅਤੇ ਸ਼ੱਕੀ ਹਾਲਾਤਾਂ ਦੇ ਵਿੱਚ 53 ਸਾਲ ਦੇ ਜੋ ਕਮਾਂਡੈਂਟ ਹੈ ਰਾਮ ਪ੍ਰਸਾਦ, ਉਸ ਦੀ ਛਾਤੀ ਦੇ ਵਿੱਚੋਂ
ਆਰ ਪਾਰ ਹੋ ਗਈ ਹੈ ਗੋਲੀ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਭਾਜਨਾ ਪੈ ਜਾਂਦੀਆਂ ਨੇ। ਜ਼ਖਮੀ ਹਾਲਤ ਦੇ ਵਿੱਚ ਉਸ ਕਮਾਂਡਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਲਖਨਊ ਟਰਾਮਾ ਸੈਂਟਰ ਵਿਖੇ। ਦੱਸਿਆ ਜਾ ਰਿਹਾ ਹੈ ਕਿ ਗੋਲੀ ਦੀ ਆਵਾਜ਼ ਸੁਣਦੀ ਸਾਰੀ ਆਲੇ ਦੁਆਲੇ 'ਤੇ ਮੌਜੂਦ ਜਿੰਨੇ ਵੀ ਸੁਰੱਖਿਆ ਕਰਮੀ ਨੇ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ, ਅਤੇ ਇਸ ਦਰਮਿਆਨ ਗੋਲੀ ਜਿਹੜੀ ਹੈ ਉਸ ਕਮਾਂਡਰ ਦੀ ਛਾਤੀ ਦੇ ਵਿੱਚ ਲੱਗੀ ਹੋਈ ਹੁੰਦੀ ਹੈ। ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਖਿਰਕਾਰ ਇਹ ਗੋਲੀ ਚੱਲਣ ਦੇ ਕਾਰਨ ਕੀ ਰਹੇ ਨੇ, ਇਹ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਜੋ ਹੈ ਹਾਲਤ ਜੇਕਰ ਗੱਲ ਕੀਤੀ ਜਾਵੇ ਉਸ ਕਮਾਂਡਰ ਦੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ। ਜਾਂਚ ਪੜਤਾਲ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਗੋਲੀ ਚੱਲਣ ਦੇ ਅਸਲ ਕਾਰਨ ਕੀ ਰਹੇ ਨੇ, ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਕਿ ਆਖਿਰਕਾਰ ਕਿਹੜੇ ਕਾਰਨ ਕਰਕੇ ਇਹ ਗੋਲੀ ਚੱਲੀ ਹੈ, ਕਿਸ ਦੇ ਵੱਲੋਂ ਇਹ ਗੋਲੀ ਜਿਹੜੀ ਹੈ ਚਲਾਈ ਗਈ ਹੈ, ਅਤੇ ਜਾਂ ਫਿਰ ਇਹ ਕਮਾਂਡਰ ਦੇ ਕੋਲੋਂ ਹੀ ਗੋਲੀ ਚੱਲੀ ਹੈ। ਇਸ ਬਾਰੇ ਕੋਈ ਵੀ ਅਜੇ ਤੱਕ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ, ਪਰ ਸੂਤਰਾਂ ਮੁਤਾਬਿਕ ਕਿ ਰਾਮ ਮੰਦਿਰ ਦੇ ਕੰਪਲੈਕਸ ਦੇ ਵਿੱਚ ਇੱਕ ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਇੱਕ ਕਮਾਂਡਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ।